Obama. ਲੈ ਵੀ ਲਾਣੇ ਆ ਜਾ ਭਾਈ ਆਉਂਦੇ ਤੋਂ ਬਿਤ ਨਾਲ ਆਇਓ ਠੀਕ ਹੈ ਅਕਸਰ ਜਾਨੀ ਤੋਂ ਵੱਲੋਂ ਜਿਹੜਾ ਬੂਟੇ ਵੀ ਲਗਾਏ ਗਏ ਕੁਛ ਜਿਹੜਾ ਬੱਚਾ ਨੂੰ ਖੁਸ਼ੀ ਦਿੱਤੀ ਗਈ ਕਿ ਕਿਹੜਾ ਚੱਲ ਲੰਬੇ ਸਮੇਂ ਤੋਂ ਜਿਹੜਾ ਕਾਰਜ ਕਰ ਰਹੇ ਨੇ ਕੀ ਮੈਸੇਜ ਦੇਣਾ ਚਾਹਦੇ ਦੇਖੋ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਬਰਸਾਤ ਦੇ ਮੌਸਮ ਰਾਈਟ ਟਾਈਮ ਹੈ ਪੌਦੇ ਲਗਾਉਣ ਦਾ ਤੇ ਜਿਹੜਾ ਕਿ ਜਨਹਿਤ ਸਮਿਤੀ ਨੇ ਇਹ ਕਾਰਜਕ੍ਰਮ ਸ਼ੁਰੂ ਕੀਤਾ ਅੱਜ ਕਿ ਜਿੱਥੇ ਜਿੱਥੇ ਪੌਦਿਆਂ ਦੀ ਘਾਟ ਹੈਗੀ ਹੈ ਉੱਥੇ ਪੌਦੇ ਲਗਾ ਰਹੇ ਨੇ ਹੁਣ ਕੋਰੋਨਾ ਕਾਲ ਦੇ ਵਿੱਚ ਅਸੀਂ ਆਕਸੀਜਨ ਨੂੰ ਲੱਭਦੇ ਸੀਗੇ ਪੈਸਿਆਂ ਨਾਲ ਤੇ ਪੈਸਿਆਂ ਨਾਲ ਵੀ ਆਕਸੀਜਨ ਨਹੀਂ ਮਿਲਦੀ ਸੀਗੀ ਤੇ ਇਹ ਫ੍ਰੀ ਵਾਲੀ ਆਕਸੀਜਨ ਤਾਂ ਲੋਕਾਂ ਨੂੰ ਲਗਾਉਣੀ ਚਾਹੀਦੀ ਹੈ ਨਾ ਇਹ ਕੰਮ ਕਰਨਾ ਚਾਹੀਦਾ ਇਸ ਕਰਕੇ ਜੋ ਜਨਹਿਤ ਵਾਲੇ ਕਰ ਰਹੇ ਨੇ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਨੇ ਔਰ ਮੈਂ ਇਹਨਾਂ ਦੀ ਬਹੁਤ ਤਾਰੀਫ ਕਰਦਾ ਕੁਛ ਬੱਚਿਆਂ ਨੂੰ ਇਹਨਾਂ ਨੇ ਅੱਜ ਸਕਾਲਰਸ਼ਿਪ ਦੇ ਵੀ ਵੰਡੀ ਹੈਗੀ ਹੈ ਦੋ ਕੁੜੀਆਂ ਨੂੰ ਜਿਨ੍ਹਾਂ ਨੇ ਰਾਤ ਨੂੰ ਇਹਨਾਂ ਨੂੰ ਫੋਨ ਕੀਤਾ ਸੀ ਜਨਹਿਤ ਵਾਲਿਆਂ ਨੂੰ ਕਿ ਸਾਡੀ ਅੱਜ ਲਾਸਟ ਡੇਟ ਹੈਗੀ ਹੈ ਅਤੇ ਜਨਹਿਤ ਵਾਲਿਆਂ ਨੇ ਉਹਨਾਂ ਨੂੰ ਚੈੱਕ ਦੇ ਕੇ ਉਹਨਾਂ ਦਾ ਵੀ ਕੰਮ ਕੀਤਾ ਮੈਂ ਬਹੁਤ ਪ੍ਰਸ਼ੰਸਾ ਕਰਦਾ ਹਾਂ ਜਨਹਿਤ ਸੁਸਾਇਟੀ ਦੀ ਸਰ ਤੁਸੀਂ ਪੰਜਾਬ ਸਰਕਾਰ ਦੇ ਨੁਮਾਇੰਦੇ ਕੋਈ ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਹੈਲਪ ਅਸੀਂ ਅੱਜ ਮੈਂ ਵਿਨੋਦ ਸ਼ਰਮਾ ਜਨ ਸੰਮਤੀ ਤੋਂ ਮੈਂ ਕਮਿਸ਼ਨਰ ਸਾਹਿਬ ਦਾ ਗੈਨ ਸਾਹਿਬ ਦਾ ਸਾਡੇ ਨੀਸ਼ ਮੰਗਲਾਂ ਜੀ ਹੈ ਸਪੈਸ਼ਲ ਰਜੇਸ਼ਵਰ ਢੂੰਡੀਆਂ ਜੀ ਹੈ ਕੇ ਕੇ ਸਿੰਗਲਾ ਜੀ ਐਡਵੋਕੇਟ ਹੈ ਸਾਡੇ ਅਨੀਸ਼ ਯੋਗੇਸ਼ ਮੰਗਲਾ ਜੀ ਹੈ ਸਾਡੇ ਸਮੀਰ ਰੋੜਾ ਜੀ ਹੈ ਬੱਬਰ ਜੀ ਹੈ ਸਾਡੇ ਗਰੇਵਾਲ ਸਾਹਿਬ ਹੈ ਜਗਤਾਰ ਸਿੰਘ ਜੱਗੀ ਜੀ ਹੈ ਮੈਡਮ ਅਰਚਨਾ ਗੌਤਮ ਜੀ ਹੈ ਅਤੇ ਅਸੀਂ ਅੱਜ ਦੋ ਬੱਚਿਆਂ ਨੂੰ ਇੱਕ ਲੜਕੀ ਐੱਮ ਐੱਸ ਸੀ ਹੈ ਗਗਨਪ੍ਰੀਤ ਕੌਰ ਉਹਦੀ ਫੀਸ ਦਿੱਤੀ ਹੈ ਇੱਕ ਲੜਕੀ ਅਨਮੋਲ ਸ਼ਰਮਾ ਬੀ ਕੌਮ ਨੂੰ ਫੀਸ ਦਿੱਤੀ ਹੈ ਪਲੱਸ ਅਸੀਂ ਅੱਜ ਇੱਥੇ ਤਕਰੀਬਨ ਪਲਾਂਟ 50 ਤੋਂ ਉੱਪਰ ਇਸ ਪਾਰਕ ਦੇ ਇਹਦੇ ਨਾਲ ਨਾਲ ਅਸੀਂ ਪਲਾਂਟ ਲਗਾਵਾਂਗੇ ਸਾਡਾ ਜੇ ਦਸਵਾਂ ਦਿਨ ਹੈ ਅਸੀਂ ਤਕਰੀਬਨ 900 ਤੋਂ ਉੱਪਰ ਪਲਾਂਟ ਲਗਾ ਦਿੱਤੇ ਹਾਂ ਇਸ ਸੀਜ਼ਨ ਦੇ ਵਿੱਚ ਸਾਡਾ ਟਾਰਗੇਟ 1000 ਪਲਾਂਟ ਲਗਾਉਣ ਦਾ ਇਸ ਸੀਜ਼ਨ ਦੇ ਵਿੱਚ ਅਤੇ ਪਲੱਸ ਅਸੀਂ ਟੋਟਲ ਹੁਣ ਤੱਕ 10 ਸਾਲਾਂ 'ਚ 10,000 ਪਲਾਂਟ ਲਗਾ ਚੁੱਕੇ ਹਾਂ ਵੀ ਇੱਕ ਪਟਿਆਲੇ ਦਾ ਇਨਵਾਇਰਮੈਂਟ ਅੱਛਾ ਹੋ ਸਕੇ ਖਾਸ ਤੌਰ 'ਤੇ ਬਾਰਾਂਦਰੀ ਦੇ ਅਸੀਂ 4-5 ਪਾਰਕ ਵੀ ਮੇਨਟੇਨ ਕਰਦੇ ਹਾਂ ਮੈਂ ਹੀ ਰਿਕੁਐਸਟ ਕਰਾਂਗਾ ਸਾਰੇ ਆਪਣੇ ਮੈਂਬਰਾਂ ਨੂੰ ਵੀ ਸਾਡਾ ਤੁਸੀਂ ਸਪੋਰਟ ਕਰੋ ਸਾਨੂੰ ਜਿਹੜਾ ਅਮਾਊਂਟ ਡੋਨੇਟ ਕਰੋਗੇ ਅਸੀਂ ਬੜੀ ਅੱਛੀ ਤਰ੍ਹਾਂ ਯੂਜ ਕਰਾਂਗੇ ਪਲੱਸ ਅਸੀਂ ਟ੍ਰੀ ਗਾਰਡ ਅਤੇ ਡਸਟਬਿਨ ਵੀ ਲਗਾਇਆ ਜਿਹੜੇ ਲੋਕ ਇੱਥੇ ਫਾਟਕ 'ਤੇ ਖੜ੍ਹਦੇ ਆ ਉਹ ਜਿਹੜਾ ਕੋਈ ਕਰਚਾ ਕੂੜਾ ਕਰਚਾ ਇੱਥੇ ਪਾਉਣਗੇ ਵੀ ਇੱਥੇ ਗੰਦ ਨਹੀਂ ਪਾਉਣਗੇ ਪਟਿਆਲਿਆਂ ਨੂੰ ਕਲੀਨ ਐਂਡ ਗ੍ਰੀਨ